ਮੇਰੀ ਜ਼ਿੰਦਗੀ ਮੇਰੀ ਜਾਨ ਮੇਰਾ ਸੂਫੀ ਆਇਆ ਉਹ ਕੀ ਸੋਚੇਗਾ ਕਿੱਥੇ ਇਹ ਬੈਠਾ ਵੇਖੋ ਸਾਹਮਣੇ ਪਾਪੜਾਂ ਦਾ ਕੰਮ ਛੱਡ ਕੇ ਆਇਆ ਮੇਰੀ ਖਾਤਰ ਦਾ ਮਦਦ ਤੁਸੀਂ ਇਸ ਤਰ੍ਹਾਂ ਨਾ ਕਰੋ ਮੈਂ ਨੀ ਕਰਨੀ ਆ ਕਰਨ ਵਾਲੇ ਆਏ ਨੇ ਦਾਰੇ ਹਰਕਮ ਸਕੂਲ ਸ਼ਹਿਜ਼ਾਦ ਸਾਹਿਬ ਦਾ ਉਹਦੇ ਪਿੱਛੇ ਅਸੀਂ ਦੀਵਾਰ ਨਾ ਹੁੰਦੇ ਹਾਂ ਤੁਹਾਨੂੰ ਪਤਾ ਨੀ ਇਹਨਾਂ ਗੱਲਾਂ ਦਾ ਦਾਰੇ ਹਰਕਮ ਵਾਲੇ ਆਏ ਆ ਉਹਨਾਂ ਨੂੰ ਦੱਸਣਾ ਵੀ ਅਸੀਂ ਬਦਮਾਸ਼ਾ ਲੇਕਿਨ ਮੈਨੂੰ ਕੁੱਤੀ ਨਸਲ ਦਿਓ ਦਾਦਾ ਇਸ ਇਲਾਕੇ ਚ ਕੋਈ ਐਸਾ ਬੰਦਾ ਨਹੀਂ ਹਾਂ ਜਿਹਦੀ ਝੋਲੀ ਚ ਮੈਂ ਨਹੀਂ ਬੈਠੀ ਪੂਰਾ ਫੈਸਲਾ ਬਾਦ ਮੇਰੀ ਮੁੱਠ ਚ ਗੁਰੂ ਇਹ ਛੱਡ ਦੇ ਕੰਮ ਅੱਛੇ ਨੀ ਗੇ ਕਿ ਫੈਸਲਾ ਬਾਦ ਕਿਵੇਂ ਮੁੱਠ ਚ ਆ ਜਾਂਦਾ ਤੁਹਾਨੂੰ ਮੈਂ ਦੱਸ ਦਿਆਂਗਾ ਦਾਦਾ ਜਿਹੜਾ ਵੀ ਬੰਦਾ ਮੈਨੂੰ ਮਿਲੇਗਾ ਉਹਨੂੰ ਇੱਕੋ ਹੀ ਗੱਲ ਕਹਿਣੀ ਆ ਕਿ ਸੂਫੀ ਤੇ ਮੇਰੇ 70 ਰੁਪਏ ਦੇਣੇ ਪਿਛਲੇ ਕੁੱਤੀ ਨਸਲ ਦੀ ਹੈ ਰਾਮ ਨਾ ਇਹ ਮਾਇਮ ਹੁੰਦਾ ਤੈਨੂੰ ਇਹ ਗੱਲਾਂ ਦਾ ਕਿਵੇਂ ਦੱਸ ਜਾਣਾ ਆ ਬਦਮਾਸ਼ ਬਣਨਾ ਬਦਮਾਸ਼ ਤੇ ਉਹਨਾਂ ਬਦਮਾਸ਼ ਬਣਨਾ ਯਾਰ ਉਹ ਕੱਢ ਪਾਰ ਆਪਣੇ ਖੁਸਰਾ ਕਹਿੰਦੇ ਹਾਏ ਇਹ ਨਹੀਂ ਨਿਕਲਣਾ ਜਿੰਨ ਦੇ ਪੈਂਪਰ ਓਏ ਤੇਰੀ ਇਹ ਜੁਰਤ ਤੂੰ ਇਹਨਾਂ ਮਸਕੀਨ ਖੁਸਰਿਆਂ ਨੂੰ ਤੰਗ ਕਰੇ ਅੱਜ ਤੇਰੀ ਮੌਤ ਨੇ ਤੈਨੂੰ ਆਵਾਜ਼ ਦਿੱਤੀ ਓ ਮਰਨ ਲਈ ਤਿਆਰ ਹੋ ਜਾ ਮੈਂ ਚੰਗਾ ਰਹੀ ਤੇਰੀ ਐਸੀ ਦੀ ਤੈਸੀ ਓਏ ਹੁਣ ਆਉਣਾ ਕਿ ਮੈਂ ਸਿੱਧਾ ਹੋ ਜਾ ਜੇ ਤੂੰ ਪੁੱਠਾ ਆਇਆ ਤੂੰ ਵੀ ਖੁਸਰਾ ਟੈਪ ਹੀ ਲੱਗ ਰਿਹਾ ਮੈਨੂੰ ਤੈਨੂੰ ਪਤਾ ਨੀ ਤੂੰ ਕਿਹਨੂੰ ਹੱਥ ਪਾਉਣ ਡਿਆ ਮੈਂ ਭਾਈ ਹਮਦ ਨੂੰ ਹੱਥ ਪਾ ਰਿਹਾ ਮੈਨੂੰ ਲੱਗ ਰਿਹਾ ਤੂੰ ਮੈਨੂੰ ਜਾਣਦਾ ਨੀ ਉਹ ਆਲੂ ਵਾਲੀ ਟਿੱਕੀ ਦੀ ਕਮੇਟੀ ਪਾਉਣ ਵਾਲਿਆ ਓਏ ਹਨੀਫ ਚਾਣਕ ਦੇ ਮੁੰਡੇ ਐਡੀ ਲੰਬੀ ਜੁਗਤ ਛੱਡ ਨੂੰ ਛੱਡ ਨੂੰ ਤੂੰ ਮਰਨ ਲੱਗਾ ਈ ਮੈਂ ਕੌਣ ਐ ਲੰਮੇ ਪੈ ਇੱਥੇ ਪੈ ਮਰ ਗਿਆ ਬੱਚੇ ਤੂੰ ਮਰ ਗਿਆ ਮਰ ਗਿਆ ਤੂੰ ਉਹ ਤੈਨੂੰ ਮਜ਼ੇ ਆਉਣੇ ਦੁਰ
ਫਿਟੇ ਮੂੰਹ ਤੇ ਤੇ ਆਇਆ ਹੁਣ ਪਤਾ ਲੱਗਾ ਈ ਓਏ ਜੀ ਉੱਠ ਓਏ ਬਦਮਾਸ਼ ਹੋ ਰਿਹਾ ਕੀ ਆਪਾਂ ਲੜਾਈ ਦਾ ਟਾਈਮ ਨਹਿਰ ਤੇ ਬਣਾ ਲਈਏ ਚੱਲ ਸਹੀ ਹੈ ਗੁਰੂ ਇਹਦੇ ਮੈਂ ਖਟਾਕੇ ਕੱਢ ਕੇ ਆਈ ਛੱਡ ਦੇ ਸਾਡੇ ਨੂੰ ਕਤਲ ਕਰ ਲਿਆ ਅਸੀਂ ਆਏ ਤਾਂ ਤੁਸੀਂ ਦੋਵੇਂ ਪੈਣਾ ਮੇਰੇ ਵਾਸਤੇ ਨਾ ਦੁੱਧ ਗਰਮ ਕਰਕੇ ਵਿੱਚ ਹਲਦੀ ਪਾ ਦਿਓ ਚੱਲ ਚੱਲ ਉਹ ਤਾਂ ਲੱਗਣ ਤੇਰੀ ਕੁੜੀ ਨੂੰ ਸੁਣਦੀ ਜੀ ਤੇ ਹਾਂਜੀ ਗੁਰੂ ਜੀ ਹੁਣ ਇਹ ਹੁਣ ਵਾਪਸ ਇਸ ਘਰ 'ਚ ਨਾ ਬੜੇ ਦਿਨ ਮੈਂ ਦੱਸ ਦਵਾਂ ਤੁਸੀਂ ਛੱਡ ਦਿਓ ਲੇਕਿਨ ਬਾਹਰ ਇੱਕ ਕੁੜੀ ਮੈਂ ਵੇਖੀ ਪਤਾ ਕਰਦੀ ਕੁੜੀ ਹੈ ਕਿਹੜੀ ਕੁੜੀ ਕਿੱਥੇ ਕੁੜੀ ਪਤਾ ਨਹੀਂ ਕੌਣ ਦੇਖੋ ਕੁੜੀ ਹੈ ਸਾਡੇ ਕੰਮ ਨੂੰ ਮੰਦਾ ਪਾਉਣ ਆ ਗਈ ਕੌਣ ਅੱਜ ਕੌਣ ਹੈਲੋ ਨਾਜ਼ਰੀਨ ਮੈਂ ਹੂੰ ਆਪਕੀ ਆਪਣੀ ਪ੍ਰਿਆ ਖਾਨ ਹੋਸਟ ਔਰ ਮੈਂ ਅੱਜ ਖਵਾਜਾ ਸਰਾ ਕੀ ਜ਼ਿੰਦਗੀ ਕੇ ਬਾਰੇ ਮੈਂ ਪੁੱਛਨੇ ਆਈ ਹੂੰ ਬਾਜੀ ਸਾਡੀ ਜ਼ਿੰਦਗੀ ਤੇ ਖੁੱਲੀ ਕਿਤਾਬ ਹੈ ਅੱਛਾ ਜਦੋਂ ਮਰਜ਼ੀ ਸੂਫੀ ਵਰਗਾ ਪਾੜ ਦਿੰਦਾ ਹੈ ਪੇੜੇ ਗਰਕ ਹੋ ਜਾਂਦੇ ਨੇ ਖਾਨੇ ਖਰਾਬ ਹੋ ਜਾਂਦੇ ਤੁਹਾਨੂੰ ਕੀ ਦੱਸਾਂ ਬਾਜੀ ਅੱਜ ਮੈਂ ਆਪਕੀ ਜ਼ਿੰਦਗੀ ਕੇ ਬਾਰੇ ਮੈਂ ਕੁਝ ਕਿਤਾਬ ਲਿਖਣਾ ਚਾਹ ਰਹੀ ਹੂੰ ਕਿਆ ਜੀ ਗਾਤਮੋ ਜੀ ਇਹ ਤੁਹਾਡਾ ਜਿਹੜਾ ਸਾਡਾ ਚੈਨਲ ਹੈ ਨਾ ਜੀ ਜੀ ਇਹ 102 ਮੁਲਕਾਂ 'ਚ ਲਾਈਵ ਜਾ ਰਿਹਾ ਇਸ ਟਾਈਮ ਅੱਛਾ ਜੀ ਸਾਰੀ ਦੁਨੀਆ ਵੇਖ ਰਹੀ ਹੈ ਹਰ ਬੰਦਾ ਵੇਖ ਰਿਹਾ ਪੂਰੀ ਦੁਨੀਆ ਇਧਰ ਲਿਆ ਆ ਹੈ ਕੌਣ ਆ ਆਸਫ ਹੁਸੈਨ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਤੇਰੇ ਨਾਲ ਨਰਿੰਦਰ ਮੋਦੀ ਵੀ ਵੇਖ ਰਿਹਾ ਨਰਿੰਦਰ ਮੋਦੀ ਵੇਖ ਰਿਹਾ ਉੱਪਰ ਕਰ ਜ਼ਰਾ ਜਿਹਨੂੰ ਤੇ ਤੁਰੀ ਗਿਆ ਜ਼ਰਾ ਆੜੇ ਨੇ ਜ਼ਰਾ ਬਾਹਰ ਕੱਢ ਲੈ ਇਹਨੂੰ ਕੈਮਰੇ 'ਚ ਇਹ ਮੋਦੀ ਤੈਨੂੰ ਕੀ ਕਹਿਣਾ ਸਾਨੂੰ ਤੇ ਖਾਨ ਸਾਹਿਬ ਨੇ ਹੀ ਤੁੰਨ ਕੇ ਰੱਖਿਆ ਡਾਲਰ ਉੱਤੇ ਚੜਾਈ ਜਾ ਰਹੇ ਨੇ ਉੱਤੇ ਚੜਾਈ ਜਾ ਰਹੇ ਨੇ ਸੇ ਕਹਿੰਦਾ ਸੇ ਨਹੀਂ ਇਹ ਡਾਲਰ ਜਨ ਪਾਸੇ ਉੱਤੇ ਹੀ ਜਾ ਰਿਹਾ ਹਾਂ ਹੁਣ ਉੱਤੇ ਜਾ ਕੇ ਖਰਚਾਂਗੇ ਬਾਜੀ ਤੁਹਾਡਾ ਵੀ ਕੰਮ ਬੜਾ ਡਾਊਨ ਹੋਇਆ ਨਾ ਜੀ ਬਹੁਤ ਡਾਊਨ ਹੋਏ ਨੇ ਸਾਰੇ ਅੱਜ ਅੱਛਾ ਮੇਰੀ ਬਾਸ ਨੇ ਮੈਂ ਕੁਝ ਸਵਾਲ ਕਰੂੰਗੀ ਆਪਨੇ ਜਵਾਬ ਦੇਣਾ ਜੀ ਹੁਕਮ ਕਰੋ ਬਾਜੀ ਬਾਬਾ ਕੌਣ ਰੋਜ਼ ਬੜਾ ਬੋਲਦਾ ਬਾਬਾ ਮੇਰਾ ਆਸ਼ਿਕ ਆ ਪਹਿਲੇ ਇੱਥੇ ਬੈਂਦਾ ਹੁੰਦਾ ਸੀ ਹੁਣ ਗੁਰਦੇ ਵੇਚ ਲੈ ਨੇ ਤੇ ਬਾਬਾ ਅਸਲਮ ਸਾਡੀ ਜਾਨ ਮੁਹਾਇਆ अच्छा मेरा पहला सवाल आपसे ये है कि कभी आपके साथ ज्यादती हुई है ओए भाजी साडा ज्यादती ने सानू मजा ही नहीं आंदा असि ते एंड सीने ते चढ़ चढ़ के ज्यादतियां करवाने यकीन कर लो बकवास बंद कर चैनल वाली आई है लेकिन तुसी टेंशन नहीं लेनी तेरा खामा खराब गंदी नो सड़ गया कुत्ती नो सड़ गया ये है भाजी बेड़ा फर्क वे अंदर जाने आ भाजी होमवर्क नहीं कर रहे फिंगर वर्क कर रहे ਪੇੜਾ ਕਰਕੇ ਦਾ ਹੋਵੇਗਾ ਮੇਰੀ ਬਾਸ ਨੇ ਮੈਨੂੰ ਕਿਸੇ ਨੇ ਭੇਜਿਆ ਬੜੀ ਜ਼ਿਆਦਤੀਆਂ ਹੁੰਦੀ ਹਨ ਲੋਕਾਂ ਦੇ ਸਾਥ ਇਨਕਾ ਇੰਟਰਵਿਊ ਲੈ ਆਓ ਜੀ ਲਵੋ ਜੀ ਇੰਟਰਵਿਊ ਦੇਖੋ ਜੀ ਅਸੀਂ ਤੇ ਫੁੱਲ ਚੜੀਆਂ ਹਾਂ ਇਹ ਸਾਡੀ ਅੰਮੀ ਹੈ ਹਾਂ ਸਾਡੀ ਅੰਮੀ ਦਾ ਗਿਨਸ ਬੁੱਕ ਦੇ ਵਿੱਚ ਵੀ ਨਾਂ ਆਇਆ ਬਾਜੀ ਕੀ 3 ਸਾਲ ਇਹਦਾ ਯਜ਼ੀਦ ਨਾਲ ਵਿਆਹ ਰਿਹਾ ਹੈ ਲੱਖ ਲਾਨਤ ਆ ਬੰਦਾ ਤਾਂ ਬਦਲਣਾ ਅੱਛਾ ਜੀ ਮੈਂ ਕਹਿੰਦਾ ਚਲੋ ਕੋਈ ਅੱਛਾ ਮੇਰਾ ਦੂਸਰਾ ਸਵਾਲ ਆਪ ਸੇ ਇਹ ਕਿ ਫੰਕਸ਼ਨ ਤੇ ਕੇ ਕੋਈ ਮਸਲਾ ਤਾਂ ਨਹੀਂ ਹੋਇਆ ਮਸਲਾ ਨਹੀਂ ਹੁੰਦਾ ਬਾਜੀ ਬਸ ਜਦੋਂ ਚੌਧਰੀ ਨੇ ਸ਼ਰਾਬ ਪੀਤੀ ਹੁੰਦੀ ਹੈ ਨਾ ਮੂੰਹ 'ਚ ਦਸਾਂ ਦਾ ਰੋਡ ਪਾ ਕੇ ਕਹਿੰਦਾ ਦੂਰੋਂ ਨੱਚਦਾ ਉਦੋਂ ਬੜਾ ਨਾਲੀਆਂ ਟੱਪੜੀਆਂ ਪੈਂਦੀਆਂ ਬੜੇ ਮਸਲੇ ਹੁੰਦੇ ਨੇ ਬੁਰਾ ਹੁੰਦਾ ਨਾ ਆਪਕੇ ਸਾਥ ਮੇਰਾ ਗੁਰੂ ਇੱਕ ਵਾਰੀ ਇੰਜ ਇੰਜ ਮੂੰਹ ਪੈ ਕੇ ਇੰਜ ਇੰਜ ਜਾ ਰਿਹਾ ਛੱਪੜ ਚ ਡੇ ਗਿਆ ਉੱਥੇ ਕੱਟਾ ਬੰਨਿਆ ਸੀ ਗੁਰੂ ਤੇ ਕੱਟਾ ਇਕੱਲੇ ਸਨ ਫਿਰ ਛੱਪੜ 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 ਇਹ ਮਸਲੇ ਹੁੰਦੇ ਨੇ ਬਾਈ ਸਾਡੇ ਨਾਲ ਅੱਛਾ ਮੇਰਾ ਇੱਕ ਹੋਰ ਸਵਾਲ ਹੈ ਆਪਸੇ ਜੀ ਜੀ ਮੈਨੂੰ ਆਪਕੀ ਫਿਗਰ ਕੀ ਸਮਝ ਨਹੀਂ ਲੱਗ ਰਹੀ ਨਾ ਫਰੰਟ ਕੀ ਨਾ ਬੈਕ ਬਿਲਕੁਲ ਪਲੇਨ ਬਸ ਭਾਜੀ ਬੜਾ ਫਿਗਰ ਹੁੰਦਾ ਸੀ ਸਾਡਾ ਅੱਛਾ ਪੇੜੇ ਗਰਕ ਹੋ ਗਏ ਉਹ ਕਿਸੇ ਬਸ ਉਹ ਚਾਚਾ ਫੰਕਸ਼ਨ ਤੇ ਲੈ ਕੇ ਗਿਆ ਅੱਛਾ ਉਹਨੂੰ ਮਜ਼ਾ ਨਹੀਂ ਆਇਆ ਮੈਂ ਰੂਲਾ ਫੇਰਤਾ ਯਕੀਨ ਕਰੋ ਬਿਲਕੁਲ ਪਲੇਨ ਕਰ ਦਿੱਤੀ ਹਰ ਚੀਜ਼ ਇੰਟਰਵਿਊ ਦੇ ਨੇ ਪੂਰੀ ਦੁਨੀਆ ਤੇ ਚੱਲਣਾ ਆ ਅੱਛਾ ਜੀ ਹਾਂ ਜੀ ਗੁਰੂ ਜੀ ਜੀ ਹੁਕਮ ਅੱਛਾ ਮੇਰੀ ਬਾਸ ਨੇ ਕਦੇ ਸੂਫੀ ਸਾਹਿਬ ਫੰਕਸ਼ਨ ਤੇ ਲੈ ਕੇ ਗਏ ਸੂਫੀ ਹਾਂ ਕੀ ਹੈ ਇੱਕ ਵਾਰੀ ਲੈ ਕੇ ਗਿਆ ਹੈ ਤੇ ਆਪ ਦੌੜ ਲਾਤੀ ਉਹ ਕਿਉਂ ਮੈਂ ਵਾਰੀ ਮੰਗ ਲਈ ਸੀ ਮੈਂ ਕਿਹਾ ਜਿਹੜੀ ਕ੍ਰਿਕਟ ਖੇਡ ਰਹੇ ਜੇ ਸਕੂਨ ਦੇ ਨਾਲ ਬਿਹਤਰ ਕਰੋ ਜੋ ਵੀ ਕਰੋ ਇੱਕ ਮਿੰਟ ਖਲੋ ਜਰਾ ਸਿੱਖੋ ਕੀ ਦਿਆ ਪੁੱਤਾ ਕੀ ਦਿਆ ਕੀ ਹੋਇਆ ਉਹਰੇ ਵਾਲੀ ਉਂਗਲ ਤੇ ਮੇਰੇ ਵਾਲੀ ਚੱਪਾ ਨਾ ਗੁਰੂ ਆਪਣਾ ਤਜਰਬਾ ਵੀ ਤੇ ਵੇਖ ਹਨ ਬਗੈਰਤ ਨਾ ਹੋਵੇ ਤਾਂ ਜੀ ਮੇਰੀ ਜ਼ਿੰਦਗੀ ਮੇਰੀ ਬਾਸ ਨੇ ਮੇਰਾ ਲਾਸਟ ਸਵਾਲ ਆਪਸੇ ਹੁਕਮ ਮੇਰੀ ਜ਼ਿੰਦਗੀ ਹੁਕਮ ਕਰੋ ਬਾਜੀ ਤੇ ਸੀ ਮੇਰੀ ਬਾਸ ਨੇ ਕਿਸ ਕਿਸ ਕਾਸਟ ਕੇ ਘਰ ਫੰਕਸ਼ਨ ਕੀਆ ਆਪਨੇ ਅਸੀਂ ਇਮਾਨੁੱਲਾ ਦੇ ਘਰ ਵੀ ਕੀਤਾ ਫੰਕਸ਼ਨ ਤੇ ਮਸਤਾਨਾ ਦੇ ਵੀ ਘਰ ਵੀ ਨਹੀਂ ਵੇ ਉਹ ਜ਼ਾਤਾਂ ਨਾਲ ਪੁੱਛਦੀ ਆ ਅੱਛਾ ਹਰ ਜ਼ਾਤ ਨਾਲ ਕੀਤਾ ਬਾਜੀ ਹਾਂ ਮੇਰੀ ਗੱਲ ਸੁਣ ਕਦੀ ਅਰਾਈਆਂ ਕਰ ਗਿਆ ਕਿੱਧਰ ਅਰਾਈਆਂ ਵਾਲਾ ਅਰਾਈਆਂ ਵਾਲਾ ਅਰਾਈਆਂ ਵਾਲੇ ਤਾਂ ਬਹੁਤ ਗਏ ਆਏ ਵੀ ਨੇ ਮੇਰੇ ਪਿੱਛੇ ਵੇਖੋ ਨਾ ਮਾਸ਼ਾਅੱਲਾ ਰਾਈ ਕਿੱਡੇ ਚੰਗੇ ਹੁੰਦੇ ਨੇ ਬਾਜੀ ਬੜੇ ਮਸੂਮ ਹੁੰਦੇ ਨੇ ਜਿਵੇਂ ਇੱਕ ਰਾਈ ਨੂੰ ਬੈਂਕ 'ਚੋਂ ਮਾਰ ਪੈ ਗਈ ਕਿਉਂ ਉਹ ਕਿਉਂ 10 ਕਿਲੋ ਪਿਆਜ਼ ਲੈ ਕੇ ਕਹਿੰਦਾ ਜਮਾ ਕਰ ਲਓ
लेकिन राई जो भी ने मेनू बड़े मासूम लगते ने और इन्हां दी एक खूबी भी है वे किड्डा जवान राई है किड्डा सोहना सूट पाया टका जेब च नहीं होना जो भी अम्मी मेरी दी इज्जत करिया करो बड़ी अच्छी औरत है तीन साल अंदर रही ऊंट ना फड़ी गई सी खड़ खड़ के फूल बना दिता है। अच्छा दूसरी बात कभी मलकों के घर गए? मलका आए ने मलक भी मलक साहब भी आए ने मलक चंगे होंगे बाजी पर मैं नहीं जानी इन्हों को तेल ही नहीं मुकदा हर गल तेल ला देंगे मलक साहब मैं लैके गए बड़ा मजा आया मैं लोग लगे अपने आप भी ला लिया बड़े मसले होंगे जी जी किधर है कोई शेख शेख साहब शेख हो ही नहीं सकते शेख हो गए तो फ्रंट से बैठे शेख सियाल साहब ने साडे प्यारे ने जान जानू ने हां जी और सुनो तुसी भाई शेख वैसे होंगे चंगे है ना सेड़ी बड़े चंगे होंगे मैं जानी जिथे थक जाते खोता मुंह ते करवा देंदे नहर ते आऊंगा आया नहीं हा? मैं उदो लत्त डोब के बैठा मैं उदा ही ठंड चढ़ गई ओन बुला के मैं हम मैं डबल ठंड पावे जा बुला इधर अंदर बन के खड़िया कीतिया होंगे माड़ा जहां अंदर बढ़न की देर आप नंगी ऐसे बंद को अंदर बाड़ बाड़ के खलो के गल कर चंगे वक्त इंतजार है महल का सियाना बंदा मैं एक बार अद्धे मूह ने भी कह दो ना बदमाशी छड़ दे मैं उदो छड़ देनी नुकसान बचन ही कुछ नहीं दिया को पैसे पैन दिया 400 रुपया मंगाया मैं हजे तक नहीं दिता मैं मुड़ के आ गोलियां वाली रेहड़ी जी मेरे मत्थे लवाती तू इन्ना ब्याह करवाना हां बदमाश है ना कदर की थी अल्लाह दी कसम है जिन्ने रे मुंह दे वट ना ओन्ने ही रे गुलशफारे दे वट ना अल्लाह दी कसम शुवारा टैप होया है ला जा इहनू घर अपनी भैण दे सर ते च पा ली शुवारे नू
तेन पता ना तू ओ तस्वीर बनाई आकड़ी आ बस बकवास करन दिया तू ए कि जवान खुश रहा देख कंजर नु किड्डा गंदा पानी रास आया ਦੇ ਤਾਂ ਸੀ ਕੰਜਰ ਕਿਵੇਂ ਚੌੜਾ ਹੋਇਆ ਤੁਹਾਨੂੰ ਪਤਾ ਨੂੰ ਡਰਾਮੇ 'ਚ ਇੱਦਾਂ ਦੇ ਖੁਸਰੇ ਨੂੰ ਕਿਉਂ ਰੱਖਿਆ ਸਿਰਫ ਇਸ ਵਾਸਤੇ ਕਿ ਇਹਦੇ ਪਿੱਛੇ ਖਲੋ ਕੇ ਕੁੜੀਆਂ ਕੱਪੜੇ ਬਦਲ ਲੈਂਦੀਆਂ ਐਡਾ ਚੌੜਾ ਤਾਂ ਖੁਸਰਾ ਚੱਲਦਾ ਹੀ ਨਹੀਂ ਸਾਲਿਆ ਤੂੰ ਕਿੱਦਾਂ ਅੰਦਰ ਹੀ ਕਿਸੇ ਮੈਂ ਸਹੀ ਕਹਿ ਰਿਹਾ ਸੁਹਾਰਾ ਟੈਪ ਏਡੀ ਉਹਦੀ 2 ਸਾਲ ਦਾ ਬਾਪ ਯਾਰ ਤੂੰ ਮੰਨ ਜਾ ਤੂੰ ਇਦਾਂ ਕਰੀ ਜਰਾ ਇਦਾਂ ਆ ਵੇਖ ਜਵਾਨੀ ਕੰਜਰਾ ਤੇਰੇ ਐ ਦੁਪਹਿਰ ਦੀ ਰੋਟੀ ਬੰਨੀ माया लवा लांगे जदों तेरे नाल टाइम बनिया कोई माया लवा के भी आकड़ नहीं फड़नी है ਹੁਣ ਕਿੰਨਾ ਕੁ ਚੱਕ ਤੁਹਾਨੂੰ ਚਾਹੀਦਾ ਮੈਨੂੰ ਇਹ ਦੱਸੋ ਮੈਂ ਬੰਦਾ ਪਿਆਰ ਦਾ ਇੰਜ ਵੀ ਨਹੀਂ ਕਰ ਸਕਦਾ ਐਵੇਂ ਉਹਦਾ ਦਿਲ ਖੱਟਾ ਕਰ ਦਿਆ ਮੈਨੂੰ ਗੁੱਸਾ ਚੜਿਆ ਨਾ ਕੰਜਰਾ ਮੈਂ ਤੈਨੂੰ ਤੈਨੂੰ ਪਾ ਕੇ ਦੋਵਾਂ ਨੂੰ ਕੰਪਨੀ ਬਾਗ ਸੁੱਟ ਦੇਣਾ ਅੰਦਰ ਹੀ ਕਸਮ ਮੈਂ ਸਹੀ ਕਹਿ ਰਹੀ ਹਾਂ ਕਹਿ ਰਹੀ ਹਾਂ ਆਪ ਇੰਨੇ ਕੰਮ ਦਾ 20,000 ਮੰਗ ਲੈਂਦੀ ਹੈ ਇੰਨੇ ਕੰਮ ਦਾ 20,000 ਕਿਵੇਂ ਰੇਟ ਉਹਦਾ जो मर्जी कर ला तेनू तो नहीं उत्ते पाउणा ऐवें बकवास कर लिया तेरा ਸਾਲਿਆ ਜਿੱਥੇ ਤੱਕ ਧੋਤੀ ਗਈ ਆ ਹੁਣ ਹਾਂ ਹਾਂ ਕੀ ਆਵੇ ਜਖਣੀ ਵਾਲਾ ਕੁੱਕੜ ਬਣ ਗਿਆ ਆ ਲੈ ਹੁਣ ਤੂੰ ਧੋਤੀ ਚੁੱਕ ਲੈ ਜਿੰਨੀ ਕੀ ਚੁੱਕਣੀ ਹੈ ਇਹ ਮੈਨੂੰ ਦੱਸ ਵੀ ਇੱਥੇ ਆਏ ਕਿੱਧਰ ਤੁਸੀਂ ਸ਼ਾਦੀ ਕਰਾਉਣੀ ਹੈ ਤੂੰ ਸਵੇਰੇ ਨਾ 4 ਵਜੇ ਮੈਨੂੰ ਫੋਨ ਕਰਨਾ ਮੈਂ ਤੈਨੂੰ ਨਾ ਇੱਕ ਫੋਨ ਸੈਟ ਕਰ ਸੈਂਡ ਕਰੂੰਗਾ ਆ ਤੂੰ ਕਿਸੇ ਦਾ ਦਿਖਾ ਦੇਗਾ ਹੁਣ ਕੰਜਰਾ ਮੈਂ ਨਾਲ ਸ਼ਰਾਬ ਤੇ ਕੱਢ ਰੱਖਿਆ ਕਰਾਂ ਉਹਦੇ ਬਕਵਾਸ ਕਰਨ ਦਾ ਤੁਸੀਂ ਇਹਦੇ ਮਗਨ ਲੱਗੋ ਸ਼ਾਦੀ ਮੇਰੀ ਅੱਲਾ ਦੀ ਕਸਮ ਇਹਦਾ ਨੱਕ ਵੱਡਾ ਆ ਬਸ ਕਰ ਵਾਕਈ ਐਵੇਂ ਤੇਰਾ ਦਿਲ ਕਰਦਾ ਮੈਂ ਵਿਆਹ ਕਰਾਂ ਮੈਨੂੰ ਮੇਰੇ ਚੱਕ ਨਾ ਕਰਾ ਉਹ ਚੱਕ ਕੀ ਕਰਨਾ ਵਾ ਚੱਕ ਕਿੰਨਾ ਕੇ ਓਏ ਕਿੱਧਰ ਨੂੰ ਤੁਰੀ ਜਾਣ ਰਹੀ ਆ ਤੈਨੂੰ ਮੈਂ ਕਹਿਣ ਦਿਆ ਵੀ ਤੂੰ ਸ਼ਾਦੀ ਕਰਾਉਣੀ ਚੁੱਪ ਕਰਕੇ ਕਰਾ ਹਾਂ ਮੈਂ ਵਿਆਹ ਕਰਾਉਣਾ ਵਾ ਵਿਆਹ ਕਰਾਉਣਾ ਵਿਆਹ ਕਰਾ ਕੇ ਮੈਨੂੰ ਦੱਸ ਵੀ ਤੂੰ ਵਿਆਹ ਆਪਣਾ ਵਕਤ ਪੂਰਾ ਕਰਨਾ ਕਿ ਇਹਦੇ ਨਾਲ ਗੁੱਡੀਆਂ ਲੁੱਟਣੀਆਂ ਦਾਦਾ ਕੀ ਵੀ ਤੂੰ ਇੰਨਾ ਵਿਆਹ ਕਰਾਉਂਗੀ ਇਹ ਆਪਣੇ ਲਈ ਵੀ ਬੰਦਾ ਲੱਭੇਗਾ ਤੇਰੇ ਲਈ ਵੀ ਲੱਭੇਗਾ ਮੇਰਾ ਵਿਆਹ ਕਰਾ ਦੇ ਥਲੇ ਸੋਟੀ ਲਾ ਲਾ ਐਵੇਂ ਖੱਲੀਆਂ ਨਾ ਪਵਾ ਲਈ ਆ ਖੁਸਰੇ ਨੇ ਕੱਲ ਨਹਿਰ 'ਚ ਛਾਲ ਮਾਰੀ ਯਕੀਨ ਕਰੋ ਪਾਣੀ ਬੁੜ ਬੁੜ ਕਰੇ ਪੈਂਚਰ ਹੀ ਐਡਾ ਵੱਡਾ ਸੀ ਰਾਜਾ ਦੀ ਡੇਟ ਕੇ
ਸਾਰੀਆਂ ਨੱਚਣ ਤੋਂ ਬਹਿ ਜਾਣੀਆਂ ਤੈਨੂੰ ਤਾਂ ਦੇਖ ਕੇ ਡੁੱਬ ਕੇ ਮਰ ਜਾਣਾ ਚਾਹੀਦਾ। ਹਰਸ਼ ਹੈ ਉਹ ਜਜ਼ਬਾਤੀ ਇੰਨਾ ਹੋ ਜਾਂਦਾ ਵੀ ਅਗਲੇ ਦੀ ਸ਼ਾਇਦ ਵੀ ਕਹੀ ਜਾਣਾ ਮੇਰਾ ਵਾ ਨਹੀਂ ਨਹੀਂ ਮੇਰਾ ਵਾ ਤੈਨੂੰ ਪਤਾ ਵੀ ਉਹਦਾ ਵਾ ਕਹੇ ਵੀ ਮੇਰਾ ਵਾ ਆ ਸਾਰਾ ਮੇਰਾ ਹੋ ਇਹਨੂੰ ਰੁਪਈਆ ਪਾਨ ਦਾ ਪੱਤਾ ਬੰਨ ਕੇ ਵੇ ਫਿਰ ਪਾਨ ਦਾ ਪੱਤਾ ਬੰਨ ਲੈਣਾ ਉੱਥੇ ਸਪਾਰੀਆਂ ਤੇ ਪੀਲੀ ਪੱਤੀ ਰਾਜਾ ਜਾਨੀ ਪਾ ਦੇਣਾ ਤੇ ਮੂੰਹ 'ਚ ਪਾ ਲਏਗਾ ਤੂੰ ਆਪ ਹੀ ਦੱਸ ਮੈਂ ਹੁਣ ਕੀ ਦੱਸਾਂ ਮੈਨੂੰ ਦੱਸ ਦੇ ਉਹ ਦਿਖਾ ਦਵਾਂ ਆਪ ਕੁਛ ਹੈ ਕਦੇ ਦਿਖਾਈਏ ਸਾਡੇ ਤਾਂ ਇਤਰਾਜ਼ ਕਰੀ ਜਾਂਦੇ ਆ ਵੀ ਅਸੀਂ ਹੁਣ ਕੀ ਕਰੀਏ ਮੈਨੂੰ ਦੱਸ ਓਏ ਅਸੀਂ ਕੀ ਦਿਖਾਉਣਾ ਸਾਡੇ ਕੋਲ ਅਗਲਿਆਂ ਨੂੰ ਸਾਰਿਆਂ ਨੂੰ ਪਤਾ ਵੀ ਹੈ ਵਾ ਕੁਛ ਹੈ ਤੂੰ ਦਿਖਾ ਤੈਨੂੰ ਪਤਾ ਹਾਂ ਕੱਖ ਵੀ ਨਹੀਂ ਅੱਜ ਨਾ ਸਵੇਰੇ 4 ਵਜੇ ਤੂੰ ਮੈਨੂੰ ਮਿਲਣਾ ਵਾ ਤੈਨੂੰ ਮੈਂ ਇਹਦੇ ਨਾਲ ਤੇਰੇ ਕੋਲ ਨਾਲਾ ਪਾਉਣਾ ਵਾ ਜਾਣਾ ਕਿਤੇ ਨਹੀਂ ਅੱਜ ਨਾ ਅੱਜ ਮੈਂ ਜਿਹੜਾ ਤੇਰਾ ਬਾਈਪਾਸ ਹੋਇਆ ਨਾ ਅੱਜ ਮੈਂ ਤੇਰਾ 23 ਪਾਸ ਕਰਨਾ ਕੰਜਰ ਦਾ ਜਦੋਂ ਦਾ ਬਾਈਪਾਸ ਹੋਇਆ ਉਦੋਂ ਦਾ ਬਾਈਪਾਸ ਸਾਨੂੰ ਰਕਸ਼ਾ ਚਲਾਉਣ ਡਿਆ ਹੁਣ ਕੀ ਕਹਿੰਦਾ ਵਾ ਸਰ ਕਿੱਥੇ ਸ਼ਰਮਿੰਦਾ ਆ ਵਿੱਚੋਂ ਮਰਿਆ ਪਿਆ ਸਿਰਫ ਆ ਗੱਲਾਂ ਕਰਕੇ ਦਿਲ ਪਰਚਾ ਰਿਹਾ ਉਰੇ ਆ ਤੂੰ ਮਾੜੀ ਜੀ ਹਾਮੀ ਤਾਂ ਪਰ ਕੰਜਰਾ ਮੈਂ ਲੈਸ ਲਵਾ ਲੂ ਮਾੜੀ ਜੀ ਮੇਰੇ ਜੋਗਾ ਮੈਂ ਵੀ ਕਹਿੰਦਾ ਭਰਜਾਈ ਘਰ ਤੋਂ ਵੀ ਟੇਕ ਕੇ ਬੈਂਦੀ ਆਹੋ ਵੀ ਨਾਨਕੇ ਵਾਲੀ ਗਈ ਰਹਿੰਦੀ ਆ ਤੇ ਤੂੰ ਕੀ ਕਰਦਾ ਉਹ ਬਕਵਾਸ ਕਰਨ ਡਿਆ ਉਹ ਜਿਹੜੀ ਲੱਭਦਾ ਰਹਿੰਦਾ ਸਾਰੀ ਦਿਹਾੜੀ ਅਸੀਂ ਉਹ ਚੱਕ ਕਰਾਂਗੇ ਹੋਰ ਬਸ ਵੀ ਕਰਦੇ ਬਸ ਕਰਦੇ ਚੱਕ ਤਾਂ ਕਰਾ ਓਏ ਕੀ ਹੁਣ ਚੱਕ ਕਰਾ ਦਵਾਂ ਮੈਨੂੰ ਦੱਸ ਮੇਰਾ ਕਰਦੇ ਸਾਹਬ ਨਾਲ ਉਹਦਾ ਜ਼ਿਹਨ ਬਣਾਇਆ ਪਿਆ ਕੁੜੀ ਦਾ ਕੰਜਰ ਨੇ ਕਹਿ ਕੇ ਅੱਛਾ ਦੁਬਾਰੇ ਤੇ ਲਾਈ ਸੀ ਚੱਲ ਹੁਣ ਤੇਰਾ ਮਾਮਾ ਸਰਵਰ ਕਹਿੰਦਾ ਦਿਖਾ ਦੇ ਯਾਰ ਬਕਵਾਸ ਕਰਨ ਡਿਆ ਐਵੇਂ ਇਹਦੇ ਮਗਰਾਂ ਲੱਗੀ ਇਹਨੇ ਕਿੱਧਰ ਆਈ ਕਿੱਧਰ ਆ ਤੂੰ ਇਹਨੂੰ ਇਹ ਕੁਛ ਵੀ ਬੁੱਢੇ ਆ ਕੀ ਕਰਨਗੇ ਵਿਚਾਰੇ ਇਹਨੇ ਕੁਛ ਵੀ ਨਹੀਂ ਕਰਨਾ ਖੁਸਰੇ ਅੱਕ ਕੇ ਫਿਰ 5-7 ਸਿੰਟਾਂ ਦੀ ਦੁਕਾਨ ਪਾ ਕੇ ਬਹਿ ਜਾਂਦੇ ਹੁੰਦੇ ਅੱਛਾ ਉੱਥੇ ਆਪਣਾ ਠਰਕ ਪੂਰਾ ਕਰਦੇ ਜੇ ਕੋਈ ਗਾਹਕ ਆ ਜਾਵੇ ਨਾ ਉਹਨੂੰ ਕਹਿਣਗੇ ਹਾਂ ਵੇ ਕੀ ਲੈਣਾ ਵਾ ਉਹ ਬੰਦਾ ਕਹਿੰਦਾ ਮੈਂ ਸੀਟਾਂ ਲੈਣੀਆਂ ਉਹਦੇ ਅੱਗੇ ਡੱਬੀ ਕਰ ਦੇਣਗੇ ਆ ਲੈ ਫੜ ਆਪੇ ਹੀ ਕੱਢ ਲੈ ਉਹ ਬੰਦਾ ਮਾੜਾ ਸੀਟ ਕੱਢੋ ਇਦਾਂ ਤਾਂ ਖੁਸਰੇ ਦੀ ਜਾਨ ਤੇ ਬਣ ਜਾਂਦੀ ਆ ਐਵੇਂ ਮਾਰ ਗਈ ਵੇ ਕਿੱਦਾਂ ਕੱਢਦਾ ਵਾ ਤੂੰ ਵੇ ਤੂੰ ਜਿੱਦਾਂ ਕੱਢਦਾ ਵਾ ਤੂੰ ਏਦਾਂ ਸਿਗਰਟ ਪਾਉਂਦਾ ਨੀ ਚੱਲ ਵਾਪਸ ਪਾ ਓਏ ਅੱਲਾ ਸਰੀਏ ਦਾ ਟੋਟਾ ਰਖਵਾ ਕੇ ਵੇਖ ਹਾਂ ਯਾਰ ਇਹਨੇ ਬਿਸਤੀ ਕਿਉਂ ਕਰਾ ਦਿਖਾਈ ਦੇ ਓ ਕੰਜਰਾ ਉਹਦਾ ਕਿਉਂ ਜ਼ਹਿਰ ਬਣਾਈ ਜਾਣ ਡਿਆ ਯਾਰ ਬੈਠ ਤਾਂ ਰਹਿ ਓਏ ਐਵੇਂ ਹੀ ਹੁੰਦੇ ਤਾਂ ਮਗਰ ਨਾ ਲੱਗੀ ਤੁਸੀਂ ਦੇਖ ਓ ਫੜ ਐ ਕੁੜੀਏ ਓਏ ਖਲੋਤੀ ਨਹੀਂ ਇਹਨੂੰ ਮੈਂ ਦਿਖਾਉਣਾ ਡਰਾਮਾ ਨਹੀਂ ਕਰਦਾ ਹੈਗਾ ਹਰਾਮ ਦਾ ਠਰਕੀ ਆ ਸਕੀਆਂ ਭੈਣਾਂ ਇਹਦੇ ਕੋਲ ਮੁੰਜਾ ਨਹੀਂ ਡਾਉਂਦੀਆਂ ਇਹ ਹੁਣ ਮੇਰਾ ਇਲਾਜ ਕਰਵਾ ਰਿਹਾ ਆਪਣੀਆਂ ਭੈਣਾਂ ਨਾਲ ਪਾਉਂਦਾ ਓਏ ਹਰਾਮ ਦੇ ਹੁਣ ਜਾਈ ਨਾ ਰਕਸ਼ਾ ਕਿਤੇ ਪਾਸੇ ਮੈਂ ਤੈਨੂੰ ਦਿਖਾਉਣਾ ਕਰ ਜਾ ਸਦਕੇ ਜਾਵਾਂ ਮੈਂ ਬਾਰੀ ਜਾਵਾਂ ਸਾਲਿਆ ਇੰਨੀ ਦੇਰ ਨੂੰ ਤੂੰ ਉਹਦੇ ਨਾਲ ਬੰਦਾ ਪਰੇ ਕਰ ਦਿੰਦਾ ਉਹਨਾਂ ਮੈਨੂੰ ਹਫ਼ਤੇ ਵਾਲੇ ਦਿਨ ਮਿਲਣਾ ਵਾ ਹਫ਼ਤੇ ਵਾਲੇ ਦਿਨ ਮੈਂ ਇੰਨੀ ਸਫਾਈ ਦਿਖਾਉਣੀ ਆ ਮੇਰਾ ਉਹਦੇ ਨਾਲ ਆਈਸਕ੍ਰੀਮ ਖਾਣ ਨੂੰ ਦਿਲ ਕਰਦਾ